ਦੀ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਹੁਣ ਆਮ ਲੋਕ ਸਰਕਾਰ ਦਾ ਵਿਰੋਧ ਕਰਨ ਲਈ ਸੜਕਾਂ ਤੇ ਉਤਰ ਆਏ ਨੇ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਟਿਆਲਾ ਵਿੱਚ ਮਹਿੰਗਾਈ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਗਲਾਂ ਵਿੱਚ ਪਿਆਜ਼ਾਂ ਤੇ ਹਾਰ ਪਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਲੋਕਾਂ ਵੱਲੋਂ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੋਦੀ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ। ਦੱਸ ਦਈਏ ਕਿ ਇਨੀ ਦਿਨੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਹੈ। ਪਿਆਜ਼ ਤੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਮਹਿੰਗਾਈ ਦੇ ਵਿਰੋਧ ਵਿੱਚ ਹੀ ਪਟਿਆਲਾ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੇਵਮਾਨ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੋਨੋਂ ਹੀ ਫੇਲ ਸਾਬਿਤ ਹੋਈਆਂ ਨੇ ਤੇ ਜੇਕਰ ਸਰਕਾਰਾਂ ਨੇ ਇੰਨੀ ਹੀ ਮਹਿੰਗਾਈ ਕਰਨੀ ਹੈ ਤਾਂ ਸਾਨੂੰ ਉਹ ਜ਼ਹਿਰ ਹੀ ਦੇ ਦੇਵੇ। ਬੇਰੁਜ਼ਗਾਰੀ ਚਰਮ ਤੇ, ਅਨਪੜ੍ਹਤਾ ਚਰਮ ਤੇ, ਅਨਪੜ੍ਹ ਮੰਤਰੀ ਬਣੇ ਬੈਠੇ ਨੇ, ਕੋਈ ਸੂਝ ਨਹੀਂ ਕੋਈ ਬੂਝ ਨਹੀਂ। ਇੰਨੀ ਮਹਿੰਗਾਈ ਵੱਧ ਰਹੀ ਹੈ, ਇੰਨੀ ਮਹਿੰਗਾਈ ਵੱਧ ਰਹੀ ਹੈ ਜੀ। ਡੀਜ਼ਲ ਦੇ ਰੇਟ ਅਸਮਾਨ ਛੂ ਰਹੇ ਆ, ਪੈਟਰੋਲ ਦੇ ਰੇਟ ਅਸਮਾਨ ਛੂ ਰਹੇ ਆ, ਗੈਸ ਸਿਲੰਡਰ ਮਹਿੰਗਾ ਹੋ ਗਿਆ, ਪਿਆਜ਼ ਦਾ ਰੇਟ ਜਿਹੜਾ ਜਿੰਨਾ ਮਹਿੰਗਾ ਹੋ ਗਿਆ। ਦਿਹਾੜੀ ਹੈ ਨਹੀਂ ਅਤੇ ਜਿਹੜਾ ਬੰਦਾ ਦਿਹਾੜੀ ਨਹੀਂ ਕਰ ਸਕਦਾ ਉਹ ਪਿਆਜ਼ ਕਿਵੇਂ ਖਾਊਗਾ ਜੀ। ਔਰ ਇੰਨਾ ਇੰਨਾ ਮਾੜਾ ਹਾਲ ਹੋ ਗਿਆ ਜੀ ਆਮ ਆਦਮੀ ਦਾ, ਇੰਨਾ ਮਾੜਾ ਹਾਲ ਹੋ ਗਿਆ। ਅੱਜ ਬੰਦਾ ਸਬਜ਼ੀ ਲੈਣ ਨਹੀਂ ਜਾਂਦਾ ਮਾਰਕੀਟ ਦੇ ਵਿੱਚ, ਉਹਨੂੰ ਪਤਾ ਕਿ ਰੇਟ ਇੰਨੇ ਮਹਿੰਗੇ ਹੋ ਗਏ। ਅੱਜ ਅਸੀਂ ਸਾਡੀ ਜ਼ਿਲ੍ਹਾ ਪਟਿਆਲਾ ਦੀ ਸਾਰੀ ਟੀਮ, ਚੇਤਨ ਸਿੰਘ ਜੋੜਮਾਜਰਾ ਸਾਡੇ ਪ੍ਰਧਾਨ ਨੇ, ਉਹਨਾਂ ਦੀ ਰਹਿਨਮਾਈ ਹੇਠ ਤੇਜਿੰਦਰ ਮਹਿਤਾ ਜੀ ਸਾਡੇ ਸ਼ਹਿਰੀ ਪ੍ਰਧਾਨ ਨੇ, ਅਸੀਂ ਇੱਥੇ ਧਰਨਾ ਲਾਇਆ। ਸਰਕਾਰ ਨੂੰ ਅਸੀਂ ਜਗਾ ਰਹੇ ਹਾਂ, ਕੈਪਟਨ ਸਾਹਿਬ ਜਾਗ ਜਾਓ, ਮੋਦੀ ਸਾਹਿਬ ਜਾਗ ਜਾਓ। ਜੇ ਨਾ ਜਾਗੇ ਨਾ ਤਾਂ ਫਿਰ ਐਂ ਹਿਸਾਬ ਲਾ ਲਓ ਬਈ ਲੋਕਾਂ ਨੇ ਜਦੋਂ ਘਰਾਂ ਦੇ ਵਿੱਚੋਂ ਤੁਹਾਡੇ ਮਹਿਲਾਂ ਵੱਲ ਨੂੰ ਚਾਲੇ ਪਾ ਤੇ ਨਾ, ਫਿਰ ਤੁਹਾਨੂੰ ਔਖਾ ਹੋ ਜਾਣਾ ਮਹਿਲਾਂ 'ਚ ਰਹਿਣਾ, ਫਿਰ ਤੁਹਾਨੂੰ ਔਖਾ ਹੋ ਜਾਣਾ। ਇਸ ਕਰਕੇ ਆਹ ਅਸੀਂ ਧਰਨਾ ਜਿਹੜਾ ਅੱਜ ਪਟਿਆਲੇ ਲਾਇਆ ਜੀ, ਮਹਿੰਗਾਈ ਨੂੰ ਲੈ ਕੇ ਲਾਇਆ। ਮਹਿੰਗਾਈ ਇੰਨੀ, ਇਹ ਆਪ ਤਾਂ ਖਾਂਦੇ ਜੀ ਫਰੀ ਦਾ ਸਮਾਨ ਸਾਰਾ ਘਰਾਂ 'ਚ ਬੀਜਿਆ ਹੈ ਇਹਨਾਂ ਨੇ, ਜਿਹੜੇ ਆਮ ਲੋਕ ਨੇ ਜੀ ਉਹਨਾਂ ਲਈ ਜ਼ਿੰਦਗੀ ਜਿਉਣਾ ਬਹੁਤ ਮਾੜਾ ਹੋ ਗਿਆ। ਮੈਂ ਤਾਂ ਬੇਨਤੀ ਕਰਦਾ ਮੋਦੀ ਸਾਹਿਬ, ਕੈਪਟਨ ਸਾਹਿਬ, ਹੈ ਤਾਂ ਤੁਸੀਂ ਇੱਕੋ ਹੀ, ਵੈਸੇ ਪਾਰਟੀਆਂ ਤੁਹਾਡੀਆਂ ਅਲੱਗ ਅਲੱਗ ਨੇ, ਇੱਦਾਂ ਕਰੋ ਬਈ ਜੇ ਇੰਨੀ ਮਹਿੰਗਾਈ ਕਰਨੀ ਹੈ ਸਾਨੂੰ ਜ਼ਹਿਰ ਦੇ ਦਿਓ, ਅਸੀਂ ਜ਼ਹਿਰ ਖਾ ਕੇ ਸਾਰੇ ਹੀ ਮਰ ਜਾਂਦੇ ਹਾਂ। ਫਿਰ ਤੁਸੀਂ ਆਪਦਾ ਚਲਾਓ ਰਾਜਪਾਗ ਜਿਹੜਾ ਚਲਾਉਣਾ ਜੀ। ਲੋਕ ਦੁਖੀ ਨੇ ਜੀ, ਲੋਕ ਦੁਖੀ ਨੇ, ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਹਸਪਤਾਲਾਂ 'ਚ ਬੁਰਾ ਹਾਲ ਆ, ਮਹਿੰਗਾਈ ਹੋ ਗਈ, ਇੰਨਾ ਰੇਟ ਵੱਧ ਗਿਆ ਦਵਾਈਆਂ ਦਾ, ਪੁੱਛੋ ਨਾ ਕੁਝ। ਲੱਖ ਲਾਹਣਤ ਇਹੋ ਜੀ ਮੋਦੀ ਸਰਕਾਰ 'ਤੇ, ਲੱਖ ਲਾਹਣਤ ਇਹੋ ਜਿਹੇ ਕੈਪਟਨ 'ਤੇ ਜਿਹਦੇ ਖਿਲਾਫ਼ ਉਹਦੇ ਆਪਣੇ MLA ਜਿਹੜੇ ਆ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਆ, ਉਹਦੇ ਖਿਲਾਫ਼ ਉਹਨਾਂ ਨੇ ਮੋਰਚਾ ਚੱਕ ਲਿਆ। ਇਹਦਾ ਮਤਲਬ ਸਮਥਿੰਗ ਰੋਂਗ, ਇਹ ਕੈਪਟਨ ਸਰਕਾਰ, ਮੋਦੀ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਆ। ਲੋਕ ਸਬਕ ਸਿਖਾਉਣਗੇ, ਅੱਜ ਅਸੀਂ ਇੱਥੇ ਧਰਨਾ ਦੇ ਰਹੇ ਹਾਂ ਮਿੰਨੀ ਸੈਕਟਰੀਏਟ ਪਟਿਆਲਾ, ਔਰ ਅਸੀਂ ਉਹ ਦਿਨ ਦੂਰ ਨਹੀਂ ਜਿੱਦਾਂ ਪੂਰਾ ਹਿੰਦੁਸਤਾਨ ਜਾਮ ਹੋ ਜਾਊਗਾ, ਪੂਰਾ ਹਿੰਦੁਸਤਾਨ ਹਾਈਵੇ ਜਾਮ ਕਰ ਦਾਂਗੇ। ਅਸੀਂ ਨੱਕ 'ਚ ਦਮ ਕਰ ਦਾਂਗੇ ਮੋਦੀ ਦੇ ਤੇ ਕੈਪਟਨ ਦਾ, ਨੱਕ 'ਚ ਦਮ ਕਰ ਦਾਂਗੇ ਮੋਦੀ ਦੇ ਤੇ ਕੈਪਟਨ ਦਾ। ਰੰਗਲਾ TV ਲਈ ਪਟਿਆਲਾ ਤੋਂ ਰਣਜੀਤ ਸਰਨਾ ਦੀ ਰਿਪੋਰਟ।